ਅਸਲਾਮੁਆਲਿਕਮ ਦੋਸਤੋ ਵੇਖ ਰਹੇ ਹੋ ਤੁਸੀਂ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਹਿਦ ਮਾਸ਼ਾਅੱਲਾ ਇਹ ਚਾਵਲ ਦੀ ਫਸਲ ਇਹ ਤੁਹਾਡੇ ਦੋਸਤਾਂ ਦੇ ਸਾਹਮਣੇ ਤੇ ਇਹ ਪੱਕੇ ਰੋਡ ਤੇ ਫਰੰਟ ਇਹ ਮੇਰੇ ਦੋਸਤਾਂ ਦੇ ਸਾਹਮਣੇ ਅੱਛੀ ਤਰ੍ਹਾਂ ਦੇਖ ਲਓ ਪੱਕਾ ਰਸਤਾ ਤੇ ਚਾਵਲ ਦੀ ਫਸਲ ਦੇ ਨਾਲ ਆਪਣੀ ਜ਼ਮੀਨ ਦੇ ਅੰਦਰ ਘਰ ਇਹ ਵੇਖੋ ਫਰੰਟ ਤੇ ਆਪਣੀ ਜ਼ਮੀਨ ਦੇ ਅੰਦਰ ਇੱਕ ਘਰ ਮੌਜੂਦ ਹੈ ਜਿਹੜਾ ਕਿ ਆਪਾਂ ਨੂੰ ਇਸ ਜ਼ਮੀਨ ਦੇ ਅੰਦਰ ਮਿਲੇਗਾ ਕਿਸੇ ਵੀ ਚੀਜ਼ ਦੇ ਪੈਸੇ ਅਲੱਗ ਨਹੀਂ ਹੋਣੇ ਯਾਨੀ ਕਿ ਮਲਬੇ ਦੇ ਪੈਸੇ ਅਲੱਗ ਨਹੀਂ ਹੋਣੇ ਮਕਾਨ ਦੇ ਪੈਸੇ ਅਲੱਗ ਨਹੀਂ ਹੋਣੇ ਇਹ ਆਪਾਂ ਨੂੰ ਆਪਣੀ ਆਜ ਵਾਲੀ ਜ਼ਮੀਨ ਦੇ ਅੰਦਰ ਮਿਲੇਗਾ ਦੋਸਤੋ ਮਾਸ਼ਾਅੱਲਾ ਇਹ ਆਪਣੇ ਕੋਲ 7 ਏਕੜ ਏਰੀ ਜ਼ਮੀਨ ਹੈ ਇਹ ਪੱਕੇ ਰੋਡ ਤੇ ਮਾਸ਼ੱਲਾ ਫਰੰਟੇ ਇੱਕ ਘਰ ਜਿਹੜਾ ਕਿ ਪੱਕੇ ਰੋਡ ਤੇ ਬਣਿਆ ਹੋਇਆ ਹੈ ਅੱਛੀ ਤਰ੍ਹਾਂ ਆਪਾਂ ਦੋਸਤਾਂ ਨੂੰ ਕੈਮਰਾ ਘੁਮਾ ਕੇ ਦਿਖਾ ਰਹੇ ਹਾਂ ਆ ਵੇਖੋ ਇਹ ਇਹ ਸਾਈਡ ਤੇ ਮੱਕੀ ਦੀ ਫਸਲ ਲੱਗਣੀ ਇਹ ਆਪਣੀ ਜ਼ਮੀਨ ਨਹੀਂ ਹੈਗੀ ਸਤਿ ਦੋਸਤਾਂ ਨੂੰ ਦਿਖਾ ਰਹੇ ਹਾਂ ਕਿ ਇੱਥੇ ਆਪਾਂ ਹਰ ਫਸਲ ਲਗਾ ਸਕਣੇ ਆ ਯਾਨੀ ਕਿ ਇਹ ਆਰ ਫਾਇਦੇ ਦਾ ਇਲਾਕਾ ਹੈ ਜਿਹੜਾ ਕਿ ਮਸ਼ਹੂਰ ਹੈ ਨਾ ਖਾਸ ਤੌਰ ਤੇ ਆਲੂ ਮੱਕੀ ਕਮਾਟ ਚਾਵਲ ਇੱਥੇ ਆਪਾਂ ਕਾਸ਼ਤ ਕਰ ਸਕਣੇ ਆ ਆਲੂ ਮੱਕੀ ਕਮਾਦ ਚਾਵਲ ਜਿਵੇਂ ਕਿ ਮੈਂ ਅਕਸਰ ਦੋਸਤਾਂ ਨੂੰ ਗੱਲ ਕਰਦਾ ਹੁੰਨਾ ਕਿ ਠੇਕੇ ਜ਼ਿਆਦਾ ਤੇ ਕੀਮਤ ਮناسب ਇਹ ਹੁੰਦੀ ਜੇ ਆਪਣੇ ਇਲਾਕੇ ਦੀ ਜ਼ਮੀਨ ਤਹਿਸੀਲ ਆਰਫਵਾਲਾ ਜ਼ਿਲ੍ਹਾ ਪਾਕਪਤਨ ਸ਼ਰੀਫ ਬੜੇ ਦੋਸਤ ਕਹਿੰਦੇ ਸੀ ਕਿ ਭਾਈ ਅਬਦਲ ਵਖਦ ਤੁਸੀਂ ਹੁਣ ਆਰਫਵਾਲਾ ਦੇ ਇਲਾਕੇ ਵਿੱਚ ਜ਼ਮੀਨ ਦਿਖਾਣਾ ਬੰਦ ਕਰ ਦਿੱਤੀ ਨਹੀਂ ਦੋਸਤੋ ਆਪਾਂ ਜ਼ਮੀਨ ਤਖਾਨਾ ਬੰਦ ਨਹੀਂ ਕੀਤੀ ਇੱਥੇ ਵੈਸੇ ਜ਼ਮੀਨ ਕਮ ਰਹੀ ਹੈ ਯਾਨੀ ਕਿ ਇੱਥੇ ਜ਼ਮੀਨ ਬਹੁਤ ਥੋੜੀ ਰਹੀ ਹੈ ਕਦੇ ਮਿਲ ਜਾਂਦੀ ਤੇ ਆਪਾਂ ਦੋਸਤਾਂ ਨੂੰ ਦਿਖਾ ਦਿੰਨੇ ਆ ਦੋਸਤੋ ਇਹ ਸਾਹਮਣੇ ਆਪਣੀ ਜ਼ਮੀਨ ਹੈ ਵੇਖੋ ਨਾ ਉੱਚਾ ਬਣਨਾ ਇਹ ਉੱਚਾ ਜਿਹੜਾ ਬਣਨਾ ਹੈ ਨਾ ਇਹ ਆਪਣੀ ਜ਼ਮੀਨ ਦੀ ਹੱਦਬੰਦੀ ਹੈ ਜਿਹੜਾ ਘਰ ਹੈਗਾ ਇਹ ਆਪਣੀ ਜ਼ਮੀਨ ਦੇ ਅੰਦਰ ਹੈਗਾ ਇਹ ਪੱਕੇ ਰੋਡ ਤੇ ਤਮਾਮ ਇਹ ਆਪਣੀ ਜ਼ਮੀਨ ਹੈ ਕਿ ਜੇ ਇਹ ਸਾਹਮਣੇ ਨਾ ਜਿਹੜਾ ਤੁਹਾਡੇ ਸਾਹਮਣੇ ਹੱਲ ਚੱਲਿਆ ਪਿਆ ਨਾ ਦੋਸਤੋ ਇੱਥੇ ਮਾਲਕ ਨੇ ਬਰਸੇਮ ਕਾਸ਼ਤ ਕਰਨੀ ਇਸ ਵਾਸਤੇ ਇਹ ਥੋੜੀ ਜਿਹਾ ਛੱਡੀ ਹੈ ਕਿ ਜਾਨਵਰਾਂ ਲਈ ਚਾਰਾ ਯਾਨੀ ਕਿ ਇੱਥੇ ਬਰਸੇਮ ਕਾਸ਼ਤ ਕਰਨੀ ਕਿਉਂਕਿ ਦੋਸਤਾਂ ਨੂੰ ਪਤਾ ਹੈ ਕਿ ਸਰਦੀ ਸ਼ੁਰੂ ਹੋ ਰਹੀ ਹੈ ਤੇ ਬਰਸੇਮ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਬਾਕੀ तमाम ਜ਼ਮੀਨ ਦੇ ਅੰਦਰ ਦੋਸਤਾਂ ਨੂੰ ਚਾਵਲ ਦੀ ਫਸਲ ਮਿਲੇਗੀ। ਅਪਾਂ ਬੈਕਸਾਈਡ ਤੇ ਆ ਗਏ ਆ ਤਾਂ ਕਿ ਦੋਸਤਾਂ ਨੂੰ ਅਪਾਂ ਹਰ ਇੱਕ ਚੀਜ਼ ਅੱਛੇ ਤਰੀਕੇ ਨਾਲ ਦਿਖਾ ਸਕੀਏ ਦੋਸਤੋ ਚਾਵਲ ਦੇ ਨਾਲ ਆਪਣੀ ਜ਼ਮੀਨ ਮਸ਼ਹੂਰ ਹੈ ਕਿਉਂਕਿ ਇੱਥੇ ਨਹਿਰੀ ਪਾਣੀ ਵਾਫਰ ਹੁੰਦਾ ਹੈ ਔਰ ਫਲ ਦੇ ਇਲਾਕੇ ਵਿੱਚ ਮੈਂ ਤੁਹਾਨੂੰ ਜਿਹੜੀ ਵੀ ਜ਼ਮੀਨ ਦਿਖਾਵਾਂਗਾ ਨਾ ਉਹਦਾ ਨਹਿਰੀ ਪਾਣੀ ਲਾਜ਼ਮੀ ਹੋਵੇਗਾ ਤੇ ਵਾਫਰ ਮਿਕਦਾਰ ਵਿੱਚ ਹੋਵੇਗਾ ਇਹ ਨਾਲ ਨਾਲ ਮੈਂ ਜ਼ੂਮ ਕੀਤਾ ਨਾ ਇਹ ਗਾਉਂ ਦੇ ਬਿਲਕੁਲ ਨਾਲ ਹੈ ਕੀ ਜੇ ਗਾਉਂ ਦੇ ਵੀ ਨਾਲ ਹੈ ਤੇ ਮੇਨ ਰੋਡ ਦੇ ਇੰਤਹਾਈ ਕਰੀਬ ਹੈ ਦੋਸਤੋ ਆਪਣੀ ਜ਼ਮੀਨ ਨੂੰ ਮਲਤਾਨ ਮੇਨ ਰੋਡ ਬੂਰਾ ਵਿਆੜੀ ਮੇਨ ਰੋਡ ਆਪਾਂ ਕਹਿ ਸਕਨੇ ਆ ਤੇ ਆਰਿਫਲਾ ਪਾਕਪਤਨ ਮੇਨ ਰੋਡ ਵੀ ਆਪਾਂ ਉਹਨੂੰ ਕਹਿ ਸਕਨੇ ਆ ਇਹ ਮੇਨ ਰੋਡ ਆਪਣੀ ਜ਼ਮੀਨ ਨੂੰ ਲੱਗਦਾ ਜਿਹੜਾ ਕਿ ਸਿਰਫ 2 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ ਇਹ ਸਾਹਮਣੇ ਇਸ ਸਾਈਡ ਤੇ ਮੇਨ ਰੋਡ ਹੈ ਜੀ ਆਰਿਫਲਾ ਪਾਕਪਤਨ ਮੇਨ ਰੋਡ ਆਪਾਂ ਮਲਤਾਨ ਰੋਡ ਵੀ ਕਹਿੰਦੇ ਆ ਤੇ ਇੰਟਰਨੈਟ ਤੇ ਅਗਰ ਚੈੱਕ ਕਰੀਏ ਨਾ ਦੋਸਤੋਨ ਮੈਂ ਬਾਰ-ਬਾਰ ਹਰ ਮੂਵੀ ਦੇ ਅੰਦਰ ਗੱਲ ਕਰਦਾ ਹੁੰਨਾ ਕਿ ਅਗਰ ਇਹ ਮੇਨ ਰੋਡ ਆਪਾਂ ਇੰਟਰਨੈਟ ਤੇ ਚੈੱਕ ਕਰਨੇ ਆ ਨਾ ਉੱਥੇ ਲਿਖਿਆ ਆਂਦਾ ਦਿੱਲੀ ਮੇਨ ਰੋਡ ਕਿਉਂਕਿ ਇਹ ਕਿਸੇ ਦੌਰ ਚ ਦਿੱਲੀ ਤੋਂ ਲੈ ਕੇ ਜਾ ਰਿਹਾ ਸੀ ਮਲਤਾਨ ਤੱਕ ਪਾਕਿਸਤਾਨ ਦਾ ਸਭ ਤੋਂ ਲੰਮਾ ਤੇ ਸਭ ਤੋਂ ਪੁਰਾਣਾ ਮੇਨ ਰੋਡ ਇੱਥੇ ਸਾਡੇ ਇਲਾਕੇ ਚ ਮੌਜੂਦ ਹੈ ਅਬਦਲ ਵਖਤ ਦੇ ਇਲਾਕੇ ਚ ਇਹ ਪਾਕਿਸਤਾਨ ਦਾ ਸਭ ਤੋਂ ਲੰਮਾ ਤੇ ਸਭ ਤੋਂ ਪੁਰਾਣਾ ਮੇਨ ਰੋਡ ਮੌਜੂਦ ਹੈ ਇਹ ਵੈਸੇ ਗੱਲ ਨਹੀਂ ਹੈਗੀ ਤੁਸੀਂ ਇੰਟਰਨੈਟ ਤੇ ਚੈੱਕ ਕਰੋ یہ دوستوں میں اچھے طریقے نال دوبارہ پھر اپنی زمین دا فرنٹ یعنی کہ پکا رستہ جڑا گھر ہے گا یہ دوستوں میں شروع توں دوبارہ پھر اچھے طریقے نال دکھا رہا ہیں ماشاءاللہ خوبصورت گھر تے پکا روڈ اے میرے دوستان دے سامنے ہر فصل لئی اپنے کو ماشاءاللہ اے بڑی ہی شاندار زمین تحصیل عارف والا ضلع پاک بطن شریف ਆਰਿਫ ਵਾਲਾ ਪਾਕਪਤਨ ਮੈਨ ਰੋਡ ਤੋਂ ਸਿਰਫ ਡੇਢ ਜਾਂ 2 ਕਿਲੋਮੀਟਰ ਦੇ ਫਾਸਲੇ ਤੇ ਆਪਣੇ ਕੋਲੇ ਇਹ ਜ਼ਮੀਨ ਹੈ ਅਗਰ ਆਪਾਂ ਠੇਕੇ ਦੀ ਗੱਲ ਕਰੀਏ ਤੇ ਸਾਡੇ ਇਲਾਕੇ ਚ ਯਾਨੀ ਕਿ ਇੱਥੇ ਆਪਣੇ ਇਸ ਇਲਾਕੇ ਚ ਠੇਕੇ 2.5 ਲੱਖ ਤੋਂ ਕਰਾ ਸਕੇ ਨੇ ਯਾਨੀ ਕਿ ਆਪਾਂ ਇੱਥੇ ਤੁਹਾਨੂੰ ਜਿਹੜੀ ਵੀ ਜ਼ਮੀਨ ਵਖਾਵਾਂਗੇ ਨਾ ਉਹਦਾ ਠੇਕਾ ਹੋਵੇਗਾ ਕਮ ਅਜ਼ ਕਮ 2.5 ਲੱਖ ਰੁਪਿਆ 3.5 ਲੱਖ ਰੁਪਿਆ 3.5 ਲੱਖ ਰੁਪਿਆ ਵੀ ਸਾਡੇ ਇਲਾਕੇ ਚ ਠੇਕੇ ਚਲਦੇ ਪੈ ਨੇ ਤੇ ਕਈ ਲੋਕ ਸੋਚਦੇ ਹੋਣਗੇ ਕਿ ਪਤਾ ਨਹੀਂ ਠੇਕੇ ਐਨੇ ਨਹੀਂ ਹੈਗੇ ਵੈਸੇ ਗੱਲ ਕਰਦੇ ਪੈ ਨੇ ਦੋਸਤੋ ਠੇਕਾ ਜਿਹੜਾ ਹੋਵੇ ਆਪਾਂ ਉਹੀ ਬਿਆਨ ਕਰਦੇ ਹੁੰਨੇ ਆ ਆਪਣੇ ਠੇਕੇ ਘਟੇ ਗਏ ਨੇ ਉਕਾੜੇ ਵਿੱਚ ਇਸ ਟਾਈਮ ਠੇਕੇ ਚੱਲਦੇ ਪੈ ਨੇ ਜ਼ਿਆਦਾ ਉੱਥੇ ਜ਼ਮੀਨਾਂ ਦੇਖ ਕੇ ਆਏ ਆ ਜਿਹੜੀਆਂ ਕਿ 4 ਲੱਖ ਫੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਚੜ ਚੁਕੀਆਂ ਨੇ ਤੇ ਦੋਸਤੋ ਪੱਕੇ ਵੱਟ ਦੀ ਮਾਸ਼ੱਲਾ ਇਹ ਆਪਣੇ ਕੋਲ ਜ਼ਮੀਨ ਘਰ ਇਹ ਜ਼ਮੀਨ ਦੇ ਅੰਦਰ ਮੌਜੂਦ ਹੈ ਜਿਹੜੇ ਪਖਤੂਨ ਮੇਰੇ ਦੋਸਤ ਅਗਰ ਨੇ ਆਪਣੇ ਦੋਸਤ ਪਠਾਨ ਹਜ਼ਰਤ ਉਹਨਾਂ ਲਈ ਮੈਂ ਉਰਦੂ ਵਿੱਚ ਗੱਲ ਲਾਜ਼ਮੀ ਕਰਾਂਗਾ ਤਹਿਸੀਲ ਆਰਫ ਵਾਲਾ ਜ਼ਿਲ੍ਹਾ ਪਾਕ ਪਤਨ ਸ਼ਰੀਫ ਆਰਫ ਵਾਲਾ ਪਾਕ ਪਤਨ ਮੇਨ ਰੋਡ ਸੇ ਇਹ ਜ਼ਮੀਨ 2 ਕਿਲੋਮੀਟਰ ਕੇ ਫਾਸਲੇ ਪਰ 7 ਏਕੜ ਜ਼ਮੀਨ ਮੇਰੇ ਦੋਸਤੋਂ ਕੇ ਸਾਹਮਣੇ ਚਾਵਲ ਕੀ ਫਸਲ ਦੋਸਤੋਂ ਕੋ ਮੌਕਾ ਪਰ ਮਿਲੇਗੀ ਘਰ ہماری زمین کے اندر موجود ہے پکے روڈ پر اس زمین کا فرنٹ موجود ہے سات ایکڑ زمین ہے تقریباً ڈیڑھ ایکڑ زمین یہ پکے روڈ کے ساتھ ٹچ ہوتی ہے یعنی کہ فرنٹ ماشاء اللہ کافی ہے اس زمین کا گھر ہمیں زمین کے اندر ملے گا ملبے کے پیسے الگ نہیں ہونے دو لاکھ پچاس ہزار روپیہ کم از کم اس زمین کا ٹھیکہ ہے میں بات کر رہا ہوں کم از کم سوا تین لاکھ تک اس زمین کا ٹھیک ہے فی ایکڑ کے حساب سے ایک ہی بندے کی یہ زمین ہے اس زمین کی ڈیمانڈ کی ہے مالک نے فی ایکڑ کے حساب سے ستر لاکھ روپیہ دوستو ستر لاکھ روپیہ فی ایکڑ کے حساب سے اس زمین کی ڈیمانڈ کمی پیشی پیار محبت انشاءاللہ اللہ تعالی موقع پر کروا لیں گے آپ نے موقع پر آنا ہے آپ کی ملاقات ڈرک مالک کے ساتھ ہونی ہے زمین کا سودا ہوتا ہے مالک کے ساتھ آمنے سامنے بیٹھ کے اگر یہ زمین سیل ہوگی تو تب ہمارا فائدہ ہے اس لیے کبھی بھی ہم زمین کی قیمت زیادہ نہیں کریں گے صرف فیک کی ویڈیو نہیں دکھائیں گے اگر میں بھی دوسروں کی طرح آپ کو فیک ویڈیو دکھاؤں تو میں بھی یہ بات کر سکتا ہوں کہ بھائی اس زمین کی قیمت ہے دس لاکھ روپیہ دس لاکھ روپیہ میں بھی بیان کر سکتا ہوں اگر میں نے خالی اپنے ویوز لینے ہوں تو لیکن میں ویوز کے لیے کام نہیں کرتا میں ایک نمبر کلیئر کام کرتا ہوں تاکہ آپ دوستوں کو اچھی زمین مل سکے گارنٹی والی جس کے تمام کاغذات کلیئر ہوں یعنی کہ فیک نہیں فیک ویڈیو سے بچے حقیقت کی طرف آئیں نمبر آپ دوستوں کے سامنے سکرین میں موجود ہے کال پر رابطہ نہ ہو سکے تو آپ دوستوں نے کوشش کرنی ہے کہ اپ بنائیں اسی نمبر پر اپ چوی گھنٹے آن ہوتی ہے آپ کسی بھی ٹائم وائس میسج کریں گے چیٹ کریں گے آپ کو فوراً اس کی رپلائی ملے گی اکثر دوران مصروفیات کال میں مسئلہ ہو جاتا ہے لیکن اپ میں مسئلہ نہیں ہوتا अपना रिकॉर्ड पैगाम छोड़ें अपना मैसेज छोड़ें और रिप्लाई सुने नंबर आप दोस्तों के सामने है ਤੇ ਦੋਸਤੋ 70 ਲੱਖ ਰੁਪਏ ਫੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਮਾਲਕ ਨੇ ਡਿਮਾਂਡ ਕੀਤੀ ਹੈ ਕਮੀ ਪੇਸ਼ੀ ਪਿਆਰ ਮੁਹੱਬਤ ਕਰਵਾ ਲਾਂਗੇ ਇਨਸ਼ਾ ਅੱਲਾਹ ਤਾਲਾ ਬਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼